लोहा लकड़ ना जोड़ता बोलो कुछ पुत्र ना जोड़ता सारे बोलो सोम भाई और जाको हालेलुया हालेलुया लकड़ ना लोहा जोड़ता या नहीं जोड़ता पर कोई राजमिस्त्री तक केला जोड़ता है गल बकरी का पर आप आप नहीं जोड़ता आप नहीं लोहा चुंबक बस इन्ना ही समझो लकड़ लोहे जोड़ सकती है कितना कोई उन्हें जोड़ दे समस्या तुहाडे नाल जुड़ी हुई है हालात ने परिस्थितियां ने उन्हें तुहाडे नाल जोड़ दिता है आमीन पर लोहा अपने आप लकड़ नाल नहीं जोड़ता लोहा किस नाल जोड़ सकता सारे बोलो हुण सुनो समस्या तुहाडे नाल जुड़ी है तुसी समस्या नाल नहीं जुड़ना तुसी तुहाडा दिमाग तुहाडी सोच तुहाडे विचार तुहाडा विश्वास जिहड़ा है परमेश्वर नाल जुड़ना चाहिदा आमीन बड़े ढंग दस्या हालेलुया पर गल यह है
ਕਿਰਪਾ ਦੀ ਸੈਂਸਰ ਬਹੁਤ ਬਲੈਸ ਕਰਦਾ ਹੈ ਯਿਸੂ ਦੇ ਨਾਮ ਚ ਆਮੀਨ ਆਮੀਨ ਪਰ ਜਿਹੜੀ ਅਗਲੀ ਗੱਲ ਆ ਸੁਣੋ ਜਿਹੜੀ ਖਾਸੀਅਤ ਅਬਰਾਹਮ ਦੀ ਉਹ ਪੜ੍ਹਨੀ ਆ ਹਾਲੇਲੂਇਆ ਉਹ ਦੀ ਖਾਸੀਅਤ ਕੀ ਆ ਜਦੋਂ ਇਬਰਾਨੀਆਂ ਦੀ ਪਤਰੀ ਉਹਦਾ ਅਸੀਂ 11ਵਾਂ ਅਧਿਆਇ ਤੇ ਦੁਬਾਰਾ ਦੇਖਦੇ ਹਾਂ ਇਬਰਾਨੀਆਂ 11ਵਾਂ ਅਧਿਆਇ ਦਾ 17ਵਾਂ ਵਚਨ ਅਸੀਂ ਦੁਬਾਰਾ ਦੇਖਦੇ ਹਾਂ ਅਬਰਾਹਮ ਨੇ ਜਦੋਂ ਉਹ ਪਰਤਾਇਆ ਗਿਆ ਤਾਂ ਇਸਹਾਕ ਨੂੰ ਬਲੀਦਾਨ ਨੇ ਚੜਾਇਆ ਹਾਂ ਆਪਣੇ ਇਕਲੌਤੇ ਨੂੰ ਕਿਹਨੂੰ ਬੋਲੋ ਅਗਲੀ ਗੱਲ ਸੁਣੋ ਉਹ ਜਿਹਨੂੰ ਵਾਅਦੇ ਦਿੱਤੇ ਗਏ ਸੀ ਆਮੀਨ ਆਮੀਨ ਜਿਹਨੂੰ ਇਹ ਗੱਲ ਸਾਡੀ ਸਮੱਸਿਆ ਕਿੱਥੇ ਆ ਤੇ ਅਬਰਾਹਮ ਦੀ ਖਾਸੀਅਤ ਕੀ ਆ ਗਾਉਣ ਵਾਲਿਆਂ ਨੇ ਗਾਇਆ ਉਹ ਰੋਂਦਾ ਹੋਊਗਾ ਗੱਲ ਲੱਗ ਲੱਗ ਕੇ ਕਹਿੰਦਾ ਉਹਨਾਂ ਪੁੱਤ ਨੂੰ ਆਖਰੀ ਵਾਰ ਨੂੰ ਯਾਦ ਕਰ ਬੈਠੇ ਆ ਉਹ ਕਈ ਤਰ੍ਹਾਂ ਦੀਆਂ ਵਿਚਾਰਧਾਰਾ ਅੰਦਰ ਹੋਣੀਆਂ ਮੁੰਡੇ ਨੂੰ ਤਾਂ ਕੀ ਕਹਿਣਾ ਅੰਦਰ ਹਾਲੇਲੂਇਆ ਪਰ ਬਾਈਬਲ ਨੂੰ ਜਦੋਂ ਆਪਾਂ ਧਿਆਨ ਨਾਲ ਦੇਖਦੇ ਹਾਂ 1% ਵੀ ਉਹ ਬੰਦਾ ਰੋਇਆ ਨਹੀਂ ਆਮੀਨ ਆਮੀਨ 1% ਵੀ ਉਹ ਰੱਬ ਦਾ ਬੰਦਾ ਰੋਇਆ ਨਹੀਂ 1% ਵੀ ਉਹਦੇ ਮਨ ਚ ਕੁਛ ਵੀ ਇਦਾਂ ਦਾ ਭਾਵਨਾ ਤੁਸੀਂ ਇਸ ਗੱਲ ਤੇ ਮੇਰੇ ਤੋਂ ਬਿਲਕੁਲ ਕਰ ਸਕਦੇ ਹੋ ਤੁਸੀਂ ਕਿਹੜੇ ਨਾਮ ਨਾਲ ਕਹਿੰਦੇ ਹੋ ਨਹੀਂ ਹੋਦਾ ਹੋਗਾ ਮੈਂ ਇੱਕ ਗੱਲ ਕਹਿਣਾ ਰੱਬ ਰੋਣ ਵਾਲਿਆਂ ਤੋਂ ਭੇਟ ਨਹੀਂ ਲੈਂਦਾ ਜਿਹੜੇ ਖੁਸ਼ੀ ਨਾਲ ਦਿੰਦੇ ਆ ਬੋਲੋ ਆਮੀਨ ਆਮੀਨ ਰੋਣ ਵਾਲਿਆਂ ਨੂੰ ਨਹੀਂ ਉਹਨੂੰ ਨਹੀਂ ਰੋ ਕੇ ਭਾਵੇਂ ਤੁਸੀਂ ਦੇ ਦਿਓ ਉਹ ਖੁਸ਼ੀ ਨਹੀਂ ਉਹਦੇ ਕੋਲ ਆਊਗੀ ਤੁਸੀਂ ਆਪਣੀ ਤਸੱਲੀ ਲਈ ਰੋ ਕੇ ਦੇ ਦਿਓ ਪਰ ਜਿਹੜਾ ਦਿਲੋਂ ਚਾਹ ਨਾਲ ਭੇਟ ਦਿੰਦਾ ਨਾ ਉਹਦੀ ਗੱਲ ਰੱਖਦੀ ਆ ਆਮੀਨ ਆਮੀਨ ਜੋ ਦੀ ਬੋਲੋ ਹਾਲੇਲੂਇਆ ਹਾਲੇਲੂਇਆ ਹੁਣ ਇੱਥੇ ਖਾਸ ਗੱਲ ਕੀ ਦੱਸ ਅਬਰਾਹਮ ਨੂੰ ਜੋ ਦੇਖਦੇ ਹੋ ਅਬਰਾਹਮ ਨੂੰ ਪਰਮੇਸ਼ਰ ਨੇ ਕਿਹਾ ਆਪਣੇ ਇਕਲੌਤੇ ਪੁੱਤਰ ਦੀ ਕੁਰਬਾਨੀ ਦੇ ਆਮੀਨ ਲਿਖਿਆ ਕਿ ਉਹਨੇ ਪੁਰਾਣਾ ਦੱਸਿਆ ਤੜਕੇ ਬੋਲੋ ਬੋਲੋ ਤੜਕੇ ਉਹਨੇ ਆਪਣੀ ਪਤਨੀ ਨਾਲ ਵੀ ਸਲਾਹ ਨਹੀਂ ਕੀਤੀ ਉਹਨੂੰ ਪਤਾ ਸੀ ਕਿ ਪਤਨੀ ਦਾ ਫੇਥ ਹੋਰਾ ਮੇਰਾ ਫੇਥ ਆਮੀਨ ਜਦੋਂ ਤੜਕੇ ਪੁਰਾਣੇ ਕੱਸੇ ਆ ਤੇ ਗਮ ਤੁਰੋ ਲੱਕੜੀਆਂ ਉਹਨੇ ਰਾਤੀ ਜਦੋਂ ਉਹਨੇ ਕਿਹਾ ਉਦੋਂ ਹੀ ਘੱਟ ਵੱਡ ਲਈ ਰਾਤ ਤਿਆਰੀ ਕਰ ਜੋ ਵੀ ਬੋਲੋ ਹਾਲੇ ਮੇਰੇ ਸਿਸੋ 3 ਦਿਨ ਦਾ ਸਮਾਂ ਪਰਮੇਸ਼ਰ ਨੇ ਕਿਹਾ ਕਿੰਨੇ ਦਿਨ ਦਾ ਕਿਉਂਕਿ ਸਫ਼ਰ ਜਿਹੜਾ ਜਿਹੜੀ ਧਰਤੀ ਦੇ ਉੱਤੇ ਹੋ ਰਿਹਾ ਧਰਤੀ ਉਹਦੇ ਕੋਲ ਜਾ ਕੇ ਦੇਣੀ ਸੀ ਕੁਰਬਾਨੀ 3 ਦਿਨ ਦਾ ਸਫ਼ਰ ਸੀ ਰੱਬ ਉਹਦੇ ਵਿਸ਼ਵਾਸ ਨੂੰ ਦੇਖਣਾ ਚਾਹੁੰਦਾ ਸੀ ਵੀ ਕੀ ਇਹ ਵਿਸ਼ਵਾਸ ਚ ਡਾਵਾ ਡੋਲ ਹੁੰਦਾ ਪਰ ਅਬਰਾਹਮ 1% ਵੀ ਡਾਵਾ ਡੋਲ ਨਹੀਂ ਹੋਇਆ ਬਾਈਬਲ ਦੇ ਵਿੱਚ ਲਿਖਿਆ ਕਿ ਨੌਕਰਾਂ ਨੂੰ ਕਿਹਾ ਕਹਿੰਦਾ ਤੁਸੀਂ ਇੱਥੇ ਹੀ ਰੋ ਜਦੋਂ ਅੱਗੇ ਜਾ ਕੇ ਪਹਾੜ ਦੇ ਉੱਤੇ ਚੜ੍ਹਨਾ ਸੀ ਕੀ ਕਿਹਾ ਨੌਕਰਾਂ ਨੂੰ ਉੱਥੇ ਇੱਕ ਖਾਸ ਗੱਲ ਲਿਖੀ ਆ ਅਸੀਂ ਕੁਰਬਾਨੀ ਦੇ ਕੇ ਆਏ ਕੀ ਲਿਖਿਆ ਉੱਥੇ ਅਸੀਂ ਕੁਰਬਾਨੀ ਅਸੀਂ ਨੋਟ ਕੀਤੀ ਗੱਲ ਏਦਾਂ ਬੋਲਿਆ ਉਹਨੇ ਮੈਂ ਕੁਰਬਾਨੀ ਦੇ ਕੇ ਆਇਆ ਉਹਨੇ ਕਿਹਾ ਅਸੀਂ ਕੁਰਬਾਨੀ ਦੇ ਕੇ ਆਏ ਏਦਾਂ ਉਹਨੇ ਕਿਉਂ ਕਿਹਾ ਪੁੱਤਰ ਅੱਗੇ ਜਾ ਕੇ ਪੁੱਛਦਾ ਪਿਤਾ ਜੀ ਲੱਕੜੀਆਂ ਤਾਂ ਲੈ ਲਈਆਂ ਅੱਗ ਵੀ ਲੈ ਲਈ ਪਰ ਜਿਹੜੀ ਕੁਰਬਾਨੀ ਦੇਣੀ ਆ ਉਹ ਕਿੱਥੇ ਆ ਅਬਰਾਹਮ ਭੁੱਬਾ ਮਾਰ ਕੇ ਰੋਣ ਲੱਗ ਪਿਆ ਏਦਾਂ ਲਿਖਿਆ ਬੋਲੋ ਉੱਥੇ ਕਿਹਾ ਪਰਮੇਸ਼ਵਰ ਬੋਲੋ ਬੋਲੋ ਆਪੇ ਇੰਤਜ਼ਾਮ ਕਰੇਗਾ ਜੋਤੀ ਬੋਲੋ ਹਾਲੇਲੂਇਆ ਉਹਦੇ ਅੰਦਰ ਕੀ ਵਿਸ਼ਵਾਸ ਸੀ ਆ ਵਚਨ ਸੋਚੋ ਮੈਂ ਤੁਹਾਡੇ ਸਾਰਿਆਂ ਨੂੰ ਪੁੱਛਿਆ ਕਿਉਂ ਰੋਂਦਾ ਹੋਊਗਾ ਤੁਸੀਂ ਆਪਣੀ ਫੀਲਿੰਗ ਨਾਲ ਦੱਸਿਆ ਤੁਸੀਂ ਬੁੱਧੀ ਨਾਲ ਦੱਸਿਆ ਤੁਸੀਂ ਸਪਿਰਚੁਅਲ ਲੈਵਲ ਤੇ ਇਸ ਵਚਨ ਨੂੰ ਨਹੀਂ ਪੜਿਆ ਜਿਹਦੇ ਕਰਕੇ ਤੁਸੀਂ ਵੀ ਇਹ ਗੱਲ ਕਹਿਤੀ ਕਿ ਉਹ ਰੋਂਦਾ ਹੋਣਾ ਦੁਖੀ ਹੋਣਾ ਪਰ ਨਹੀਂ ਕਿਉਂਕਿ ਉਹ ਪੁੱਤਰ ਨੂੰ ਕੁਰਬਾਨੀ ਚੜ੍ਹਾਉਂਦੇ ਹੋਏ ਨਹੀਂ ਦੇਖ ਰਿਹਾ ਸੀ ਉਹਦਾ ਦਿਮਾਗ ਉਹਦੀ ਸੋਚ ਅੱਗੇ ਸੀ ਉਹ ਕਿੱਥੇ ਸੀ ਸੁਣ ਕੇ ਹੁਣ ਇੱਥੇ ਲਿਖਿਆ ਨੇਚਾ ਨਾਲ ਅਬਰਾਹਮ ਨੇ ਜਦੋਂ ਪਰਤਾਇਆ ਗਿਆ ਇਸਹਾਕ ਨੂੰ ਬਲੀਦਾਨ ਲਈ ਚੜਾਇਆ ਹਾਂ ਇਕਲੌਤੇ ਨੂੰ ਅੱਗੇ ਲਿਖਿਆ ਉਹ ਜਿਹਨੂੰ ਵਾਅਦੇ ਦਿੱਤੇ ਗਏ ਸੀ ਹਾਲੇਲੂਇਆ ਹੁਣ ਸੁਣੋ ਕਿਹੜੇ ਵਾਅਦੇ ਦਿੱਤੇ ਗਏ ਸੀ ਔਰ ਜਿਹਨੂੰ ਇਹ ਆਖਿਆ ਗਿਆ ਸੀ ਵੀ ਇਸਹਾਕ ਤੋਂ ਤੇਰੀ ਅੰਸ਼ ਹੋਊਗੀ ਇਸਹਾਕ ਤੋਂ ਤੇਰੀ ਅੰਸ਼
होवेगी। बोलो इजाक तो तेरी अंश होवेगी। जब जेनेसिस पढ़ते हैं 17वां अध्याय उत्पत्ति 17 अध्याय ओदा 19 वचन ओथे ये वादा है पढ़ा नहीं क्योंकि टाइम हो जाएगा। ओदा इथे वादा है सुनो परमेश्वर ने की गया है इधर देखो मेरे यहां परमेश्वर ने जब अपना हम नाल गल की थी परमेश्वर ने क्या तेरी पत्नी सारा की कोख तो पुत्र पैदा होगा। जब ये गल कही तेरी पत्नी सारा की कोख तो पुत्र पैदा हो तो ओदा नाम इसहाक रखी सारे बोलो की क्या सारे ऊंची आवाज नाल मगर तक आवाज होनी चाहिए की नाम रखी हाले पैदा नहीं होया परमेश्वर ने क्या तेरे पुत्र पैदा होगा सारा की कोख तो तेरे दुख तो पैदा हो ओदा नाम इसहाक रखी। हुण अगली गल कहता इसहाक दी अंश नाल मेरा वादा है कैदी अंश नाल हुण ओदी उम्र किन्नी है इसहाक दी हां जी बोलो हालेलुया उम्र हाले 11-12-13 साल दी है ते रब कहंदा इहदी कुर्बानी दे दे की कहंदा रब इहदी कुर्बानी दे दे कुर्बानी दे दे रब ने वादा की कीता सी पैदा होण तो पहला बोलो सारे जेड़ा वचन पहला तुसीं बोल के आते हैं इसहाक तो तेरी इसहाक तो तेरी ये रब ने वादा कीता कि इसहाक तो इहदे तो इसहाक दी शादी हो बोलो 11-12 साल दी इसहाक दी शादी हो इसहाक दे बोलो बच्चे हो गए उन्हां बच्चों के नाल इसहाक दी का अंश दे नाल मैं गल्ला करूं उन्हां दे नाल मैं वादा करूंगा। आमीन समझ आ गई सारी गल हां पढ़ते हैं हावड़ा मेरे को वचन पढ़ के अगे निकलते दौड़ते हैं ये साड़ी समस्या है वचन पढ़ो वचन पढ़ के रुको आमीन आमीन। जब परमेश्वर ने अब्राहम को कहा हां जिन्हों तू प्यार करता है इकलौते नु भाई दे के लिखा उस वक्त के जो कहानियां कि अपने इकलौते दी की कर रहे सारे बोलो परमेश्वर बड़ा चलाक है ते अब्राहम हो तो नहीं बात चलाक हालेलुया हालेलुया परमेश्वर ने क्या कुर्बानी देने पर ले लिया अब्राहम वचन को याद रखिया ने कहता ये गल कहता ठीक है जी लकड़ा तैयार कर ला पिया तड़के ही तड़ पिया कहता घर आई मैनू पता लगे हुण कि रो गई लवे किहड़े चक्कर च पिया जो दी बोलो हालेलुया तुर पिया बड़ा चा है अंदर केड़ी गल दा कुर्बानी देने दा नहीं क्योंकि अब्राहम मरे हुए पुत नु नहीं देख रहा सी अज साडा ध्यान फोकस किथे आ समस्या से समस्या दा रिजल्ट कढ़दे आ हर समस्या दा रिजल्ट की आ बुद्धि दे अनुसार हर समस्या दा रिजल्ट मौत आ हर समस्या दा रिजल्ट ध्यान को आऊंगा गलत आऊंगा नकारात्मक आऊंगा हर समस्या दा अंत बुद्धि दे अनुसार नकारात्मक आ घटे वाला आ पर अब्राहम ने तो क्या लकड़ लोहे नाल जुड़ी आ पर लोहा लकड़ नाल नहीं जुड़दा समस्या अब्राहम नाल जुड़ी पर अब्राहम समस्या नाल नहीं जुड़िया आमीन आमीन। हुण कुर्बानी जोड़ी गई आ पर अब्राहम कुर्बानी नाल नहीं सी जुड़िया अब्राहम किथे जुड़िया सी सुनो ध्यान जोर दी बोलो हालेलुया हालेलुया। पुनी आ जब इब्रानियां 11 पढ़ते सुनो सुनो ध्यान उन्हें विचार किया जो परमेश्वर मुर्दियां विचों भी उठालन समर्थ है जिन्हां विचों उन्हें मानव नु प्राप्त कर हुण अब्राहम दा ध्यान बड़ा किथे सी इधर देखो मेरे नाल साडा ध्यान किथे आ अब्राहम रोंदा होणा आ अच्छा परमेश्वर तू दिता ठीक है कई ऐदा कोई कहते परमेश्वर ने तू खोना ही सी लेना ही सी पर देने की जरूरत सी ये चंगा ड्रामा रचा ऐदा दिया सारी गल नेगेटिव होंगी है ना पर अब्राहम ने ऐदा का कुछ नहीं सोचा अब्राहम ने की सोचा कोई गल नहीं रब ने जिहड़ा वादा किया ना कि इसहाक की शादी हो इसहाक के बच्चे होंगे हालेलुया ते बच्चियां नाल मैं गल्ला
तदंगा बच्चा ना मैं वादा करूंगा। अब्राहम ने क्या एक गल जी रब कहता ना पिछले दिन कई आज तो 14 साल 13 साल पहला मैनू पता मैं कुर्बानी करी आ पर जिम्मेवारी रब की आ कि इनू मुर्दिया चो जिंदा किदा करना क्योंकि कलाम खुदा दा कदी भी झूठा नहीं बनता।
जल्दी बोलो हालेलुया जल्दी बोलो हालेलुया जाकर लास्ट में मुर्दे को क्यों चिंता करता है जानते हो जाए उसकी बेटी को क्यों चिंता करता है जानते हो प्रभु यीशु मसीह ने ता करते रहते हैं इतना तो मेरा के जो कीते ओदा कारण ना ओदा कारण ता करते रहते हैं कुछ कुछ अंश प्रभु ने तो आदत दिखाया ना कि मैं की कर सकता जान मान के प्रभु यीशु मसीह नहीं गए मार्था तो लगी मैं संदेश भेजा प्रभु जी देखो तो प्यार कर रहे हैं बीमार आ गए चंगा कर रहे जान मान के प्रभु जी नहीं गए वाई क्यों क्योंकि प्रभु जी उन्होंने दसना चाहता सी कि मेरा लेवल की है आज जे तक तुम्हारी जिंदगी दे विच मेरे अजीजो समस्या आ रही है पर समस्या का समाधान नहीं हो रहा तो उदास ना हो निराश ना हो खुदा के कलाम नाल तो अपने आप को जोड़ के रखो जितना जोड़ के रखोगे समस्या तो अगे तुम्हारा चमत्कार तुम्हारा इंतजार कर रहा हो आमीन हालेलुया जोर से बोलो हालेलुया कितने लेवल की तुम्हारे पंडे चाहे कितने लेवल की तुम्हारे पंडे चाहे उस नेचा के उत्ते तुसी अपनी सहायता करो जोर से बोलो हालेलुया यीशु मसीह के बारे में दसया गया जो इब्रानियों के बारे में पढ़ते हैं उसे दूसरा बारह अध्याय दूसरे तीसरे वचन जब पढ़ते हैं उसे लिखा उपरंत जब तुम गवाह ने एडे वे बदल ने घेरा होया है तो आओ अस हरेक भार हरेक पाप न परे सुट के उस दौड़ के वल दौड़िए जी साढ़े सामने पई आमी सबर कर दो हूँ अगे लिखा नेचा का करता तो संपूर्ण करने वाला यीशु मसीह हाँ जी बोलो नेचा का करता ते संपूर्ण करने वाला ओनू तक दे ओनू बोलो बोलो ओनू तक दे जो भी बोलो हाल आम तौर पर जो प्रचार तो विश्वास की गल करता कि मेरा कोई नहीं गल करता कि गल करता बोलो सारे बोलो आम तौर पर तुम देखे होंगे कई हीलिंग क्रूसेड होंगे चंगियाई सभावां होंदियां आपां उत्थे विश्वास दी गल करदे आं आपां जदों वचन पढ़दे आं वचन पढ़ के फिर कहांगे 38 साल दे अंदर जी प्रभु यीशु ने की कर दिता बोलो सारे बोलो 38 साल दे अंदर जी यीशु मसीह ने चंगा करता मैं भी पहला हम दस्सिया तुहानूं लाज़र नूं प्रभु यीशु मसीह ने मुर्दियां विच्चों बोलना है सारे कि चंगा नहीं करता जिंदा कर दिता हालेलुया एक नौजवान से और टुंडा से लाओ ना हाथ काम जिसका रसो के टुंडा से यीशु मसीह ने उन्हें हाथ की कर देता 12 साल तो बीमार और उसी के ऊपर है बड़ी दुख थे जैसे कि यीशु मसीह ने कोड़ा आई उन्हें विश्वास की तरह हो गया ना जब यीशु ने नेचा की बात कर दिया तो हर प्रचार एक चमत्कार की गल करता कैसी गल करता चमत्कार पर इब्रानियों 12 अध्याय जब पढ़ते हैं जब यीशु ने नेचा की गल नेचा यीशु मसीह ने वल तक दे जेने उसने अनाथन में तो जो ओदे अगे धरिया होया सी लाज़र नु तुसी जान के स्लीप दा दुख चलिया अते परमेश्वर दे सिंहासन दे सज्जे पासे विराजमान होया। रुको एक मिनट ले इत्थे एक गल जुड़ी गई है मैं तुहानू दस्सिया जे विश्वास दी गल होणी है विश्वास दे लई रेफरेंस अंजीलां चों आपां कढ़णे आ ते आपां चमत्कार करन दी गल करनी है आमीन फलाणे पर विश्वास कीता उत्ते तां अगे विश्वास कीता उत्ते ना पर इतने इब्रानियों के खत को लिखने वाला जो साझा ध्यान कहता नेचा का बनाने वाला यीशु मसीह नेचा को संपूर्ण करने वाला यीशु मसीह जो ये खत लिखने वाला प्रेमी नेचा की गल करता तो फिर इन्हें यीशु के दुखा की गल की ना कि मिराकल की गल की एदा क्यों किया हालेलुया हालेलुया जो नेचा की गल करनी है उस तो अगर दुखा की गल करनी चाहिए थी उस तो अगर तो बोलते हैं तू जीने कर लकड़िया चलन की बोलन की प्रचार की गल होनी चाहिए पर इतने रब के बंदे ने जो लिखा तो
ਕਿਹਾ ਕਿ ਆਪਣੇ ਸਲੀਬ ਦਾ ਦੁੱਖ ਝਾਲਿਆ ਆਮੀਨ ਨੇਚਰ ਚ ਸੰਪੂਰਨ ਕਿੱਦਾਂ ਹੋਣਾ ਹਾਲੇਲੂਇਆ ਇਹ ਦੋ ਮਿੰਟ ਦੀ ਗੱਲ ਨਹੀਂ ਹੈ ਲੰਬੀ ਹੈ ਪਰ ਇਹ ਬਹੁਤ ਵੱਡਾ ਯਿਸੂ ਮਸੀਹ ਦੇ ਬਾਰੇ ਲਿਖਿਆ ਲਿਖਿਆ ਯਸੂਦੀ ਵੱਲ ਤੱਕਦੇ ਰਹੀਏ ਜਿਹੜਾ ਨੇਚਰ ਦਾ ਕਰਤਾ ਤੇ ਸੰਪੂਰਨ ਕਰਤਾ ਹੁਣ ਅੱਗੇ ਲਿਖਿਆ ਜਿਹਨੇ ਨੋਟ ਕਰੋ ਜਿਹਨੇ ਉਸ ਆਨੰਦ ਨਿਮਿਤ ਜੋ ਉਹਦੇ ਅੱਗੇ ਤਿਆਰ ਹੋਇਆ ਸੀ ਇੱਥੇ ਮੇਰੇ ਲੱਗੋ ਬਾਈਬਲ ਪੜ੍ਹ ਧਿਆਨ ਜਿਹਨੇ ਉਸ ਆਨੰਦ ਦੇ ਕਾਰਨ ਉਸ ਆਨੰਦ ਦੀ ਖਾਤਰ ਜਿਹੜਾ ਉਹਨੇ ਅੱਗੇ ਧਰਿਆ ਸੀ ਹੁਣ ਆਨੰਦ ਕਿੱਥੇ ਧਰਿਆ ਹੋਇਆ ਬੋਲੋ ਆਨੰਦ ਯਿਸੂ ਮਸੀਹ ਦਾ ਕਿੱਥੇ ਧਰਿਆ ਹੋਇਆ ਯਿਸੂ ਮਸੀਹ ਦਾ ਆਨੰਦ ਧਰਿਆ ਹੋਇਆ ਆ ਸਵਰਗ ਦੇ ਵਿੱਚ ਬੋਲੋ ਕਿੱਥੇ ਧਰਿਆ ਹੋਇਆ ਸਿੰਘਾਸਨ ਕਿੱਥੇ ਆ ਸਵਰਗੀ ਤਾਜ ਕਿੱਥੇ ਆ ਬੋਲੋ ਜਲਾਲੀ ਰੂਪ ਕਿੱਥੇ ਆ ਪ੍ਰਭੂ ਯਿਸੂ ਮਸੀਹ ਦਾ ਆਨੰਦ ਜਿਹੜਾ ਆ ਕਿੱਥੇ ਰੱਖਿਆ ਹੋਇਆ ਆ ਸਵਰਗ ਦੇ ਵਿੱਚ ਰੱਖਿਆ ਹੋਇਆ ਸਿੰਘਾਸਨ ਸਵਰਗ ਦੇ ਵਿੱਚ ਹੁਣ ਉਸ ਤਾਜ ਦੀ ਖਾਤਰ ਉਸ ਆਨੰਦ ਦੀ ਖਾਤਰ ਯਿਸੂ ਮਸੀਹ ਦੁੱਖਾਂ ਦੇ ਵਿੱਚੋਂ ਜੀ ਉੱਠਿਆ ਆਮੀਨ ਯਿਸੂ ਮਸੀਹ ਦੇਖੋ ਕੀ ਗੁਜ਼ਰਿਆ ਦੁੱਖਾਂ ਦੇ ਵਿੱਚ ਦੀ ਗੁਜ਼ਰਿਆ ਇਹ ਉਹਨੇ ਰੱਬ ਦੇ ਬੰਦੇ ਨੇ ਇੱਕ ਅੱਛੀ ਨੇਚਰ ਨੂੰ ਕਿੱਦਾਂ ਕਾਇਮ ਰੱਖਣਾ ਆ ਇਹ ਦੱਸੋ ਆਮੀਨ ਨੇਚਰ ਨੂੰ ਮਜ਼ਬੂਤ ਕਿੱਦਾਂ ਹੋਣਾ ਉਹ ਇਹ ਦੱਸਿਆ ਕਿ ਤੁਹਾਡਾ ਫੋਕਸ ਯਿਸੂ ਮਸੀਹ ਦਾ ਫੋਕਸ ਕਿੱਥੇ ਸੀ ਸਵਰਗੀ ਸਿੰਘਾਸਨ ਆਮੀਨ ਉਸ ਸਿੰਘਾਸਨ ਦੀ ਪ੍ਰਾਪਤੀ ਲਈ ਕਰਨਾ ਕੀ ਸੀ ਧਰਤੀ ਤੇ ਰਹਿੰਦਿਆਂ ਆਪਣੀ ਇੱਜ਼ਤ ਦਾ ਘਾਟਾ ਲਾਜ ਨੂੰ ਤੁਛ ਜਾਣਿਆ ਧਰਤੀ ਤੇ ਰਹਿੰਦਿਆਂ ਬੋਲੋ ਆਪਣੀ ਇੱਜ਼ਤ ਦਾ ਘਾਟਾ ਵਿਸ਼ਵਾਸ ਵਿੱਚ ਮਜ਼ਬੂਤ ਹੋਣੇ ਇੱਜ਼ਤ ਦੇ ਘਾਟੇ ਨੂੰ ਝੱਲਣੇ ਪੈਂਦੇ ਆਮੀਨ ਇੱਜ਼ਤ ਦਾ ਘਾਟਾ ਲਾਜ ਨੂੰ ਤੁਛ ਜਾਣ ਕੇ ਸਲੀਬ ਦਾ ਦੁੱਖ ਝੱਲਿਆ ਆਮੀਨ ਸਲੀਬ ਦਾ ਦੁੱਖ ਝੱਲਿਆ ਮੇਰੇ ਅਜ਼ੀਜ਼ੋ ਸਾਨੂੰ ਵੀ ਦੁੱਖ ਕਸ਼ਟ ਝੱਲ ਕੇ ਉਹਨਾਂ ਦੁੱਖਾਂ ਦੇ ਵਿੱਚ ਖੜੇ ਰਹਿਣਾ ਪੈਣਾ ਆ ਉਸ ਤੋਂ ਗਾਂ ਸਾਡਾ ਚਮਤਕਾਰ ਸਾਡਾ ਇਨਸਾਨ ਆਮੀਨ ਸਮਝ ਆ ਰਹੀ ਹੈ ਤੁਹਾਨੂੰ ਗੱਲ ਯਿਸੂ ਮਸੀਹ ਦੇ ਅੱਗੇ ਸਿੰਘਾਸਨ ਸੀ ਯਿਸੂ ਮਸੀਹ ਦੇ ਅੱਗੇ ਸ਼ਾਹੀ ਤਾਜ ਸ਼ਾਹੀ ਵਸਤਰ ਸਭ ਕੁਛ ਰੱਖਿਆ ਹੋਇਆ ਉਹ ਆਨੰਦ ਜਿਹੜਾ ਆ ਮਰਨ ਤੋਂ ਬਾਅਦ ਉਹ ਆਨੰਦ ਜਿਹੜਾ ਸਵਰਗ ਚ ਪਿਤਾ ਦੇ ਵੱਲੋਂ ਮਿਲਣਾ ਆ ਉਹਦੇ ਕਾਰਨ ਯਿਸੂ ਮਸੀਹ ਨੇ ਧਰਤੀ ਤੇ ਰਹਿੰਦੇ ਹੋਇਆ ਐਟ ਪ੍ਰੈਜੈਂਟ ਵਰਤਮਾਨ ਸਮੇਂ ਦੇ ਦੁੱਖਾਂ ਚ ਆਪਣੇ ਆਪ ਨੂੰ ਪਰਿਪੱਕਤਾ ਨਾਲ ਪੇਸ਼ ਕੀਤਾ ਦੁੱਖ ਝੱਲਣ ਦੇ ਲਈ ਤਿਆਰ ਸਮਝ ਆ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਵਰਤਮਾਨ ਸਮੇਂ ਦੇ ਜਿਹੜੇ ਤੁਹਾਡੇ ਦੁੱਖ ਆ ਇਹਨਾਂ ਦੇ ਵਿੱਚ ਬਣੇ ਰਹੋ ਅੱਗੇ ਚਮਤਕਾਰ ਇੰਤਜ਼ਾਰ ਕਰਦਾ ਹੈ ਆਮੀਨ ਆਮੀਨ ਵਰਤਮਾਨ ਸਮੇਂ ਦੇ ਦੁੱਖਾਂ ਵਿੱਚ ਤੁਹਾਡਾ ਵਿਸ਼ਵਾਸ ਸਥਿਰ ਰਹੇ ਤੁਸੀਂ ਮਜ਼ਬੂਤੀ ਨਾਲ ਪ੍ਰਭੂ ਦੇ ਵਚਨ ਨੂੰ ਫੜੀ ਰੱਖੋ ਇਹ ਦੁੱਖ ਸਦਾ ਨਹੀਂ ਰਹਿਣ ਵਾਲੇ ਇਹ ਕੇਵਲ ਤੁਹਾਨੂੰ ਹਰਾਉਣ ਤੱਕ ਸੀਮਤ ਆ ਕਿਉਂ ਤੁਹਾਨੂੰ ਘਬਰਾਹਟ ਪੈਦਾ ਕਰਨ ਤੱਕ ਆ ਇਸ ਤੋਂ ਇਲਾਵਾ ਕੁਛ ਨਹੀਂ ਵਿਗਾੜ ਸਕਦੇ ਜਦੋਂ ਵਚਨ ਨੂੰ ਫੜੀ ਰੱਖੋਗੇ ਤਾਂ ਫਿਰ ਦੁੱਖਾਂ ਦੇ ਵਿੱਚ ਵੀ ਤੁਸੀਂ ਆਨੰਦ ਮਨਾਉਣ ਦੀ ਸਮਰੱਥਾ ਰੱਖੋਗੇ ਆਮੀਨ ਅੱਗੇ ਬਹੁਤ ਵੱਡਾ ਤੁਹਾਡੇ ਲਈ ਮਿਰਾਕਲ ਹੋਣ ਜਾ ਰਿਹਾ ਹੈ ਯਿਸੂ ਦੇ ਨਾਮ ਵਿੱਚ ਮੈਂ ਤੁਹਾਨੂੰ ਭਰਮਿਤ ਕਰਨ ਲਈ ਨਹੀਂ ਕਹਿ ਰਿਹਾ ਪਰ ਯਿਸੂ ਦੇ ਅਕੋਰਡਿੰਗ ਵਰਡ ਆਫ ਗੋਡ ਯਿਸੂ ਦੇ ਵਚਨ ਦੇ ਮੁਤਾਬਕ ਜੇ ਸਤਰ ਪਰਮੇਸ਼ਰ ਤੇ ਅਬਦਲ ਕੋ ਦੁੱਖ ਦੀ ਘੜੀ ਚ ਵਿਸ਼ਵਾਸ ਵਿੱਚ ਬਣੇ ਰਹੇ ਤੇ ਉਹਨਾਂ ਨੇ ਅੱਗੇ ਆਪਣੀ ਪਦਵੀ ਦਾ ਵਾਅਦਾ ਹੁੰਦਾ ਦੇਖਿਆ ਉਹਨਾਂ ਦੀ ਅੱਗੇ ਪਦਵੀ ਦਾ ਬੋਲੋ ਵਾਅਦਾ ਹੁੰਦਾ ਦੇਖਿਆ ਜੇ ਯੂਸੁਫ ਦੇ ਦੋਸ਼ ਲੱਗੇ ਯੂਸੁਫ ਦੇ ਭਰਾਵਾਂ ਨੇ ਕੁੱਟਿਆ ਖੁਦਾ ਦੇ ਕਲਾਮ ਪ੍ਰਤੀ ਉਹ ਵਫਾਦਾਰੀ ਨਾਲ ਬਣਿਆ ਰਿਹਾ ਪਵਿੱਤਰਤਾ ਦੀ ਵਫਾਦਾਰੀ ਨਾਲ ਰਿਹਾ ਸੱਚਾਈ ਦੀ ਵਫਾਦਾਰੀ ਨਾਲ ਬਣਿਆ ਰਿਹਾ ਤੇ ਉਹ ਉਹਨਾਂ ਦੁੱਖਾਂ ਚ ਸਟਿਲ ਰਹਿਣ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਪਾਤਰ ਦਾ ਇੰਤਜ਼ਾਰ ਕਰ ਰਿਹਾ ਸੀ ਆਮੀਨ ਅੱਗੇ ਪੋਸਟ ਦਾ ਇੰਤਜ਼ਾਰ ਕਰ ਰਹੀ ਸੀ ਤਰੱਕੀ ਦਾ ਇੰਤਜ਼ਾਰ ਕਰ ਰਹੀ ਸੀ ਜੇ ਯਿਸੂ ਮਸੀਹ ਪ੍ਰਭੂ ਦੇ ਵਚਨ ਨੂੰ ਫੜੀ ਰੱਖਿਆ ਆ ਤੇ ਅੱਗੇ ਇੱਕ ਇਜ਼ਹਾਰ
ਹੋਣ ਦਾ ਇੱਕ ਔਕਾ ਔਕਾ ਦੀ ਇੰਤਜ਼ਾਰ ਕਰ ਰਿਹਾ ਸੀ। ਹਾਲੇਲੂਇਆ। ਜੇ ਤੁਸੀਂ ਅੱਜ ਮੇਰੇ ਅਜ਼ੀਜ਼ ਭੈਣੋ ਤੇ ਭਰਾਵੋ ਤੁਸੀਂ ਇਸ ਸਮੇਂ ਡਿਪਰੈਸ਼ਨ ਚੋ, ਤੁਸੀਂ ਇਸ ਸਮੇਂ ਚਿੰਤਾ ਚੋ, ਤੁਸੀਂ ਇਸ ਸਮੇਂ ਇਸ ਤਰ੍ਹਾਂ ਤਰ੍ਹਾਂ ਦੀਆਂ ਸਮੱਸਿਆਵਾਂ ਚੋ, ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ, ਸਮੱਸਿਆ ਤੁਹਾਡੇ ਨਾਲ ਜੁੜੀ ਆ ਪਰ ਤੁਸੀਂ ਵਚਨ ਨਾਲ ਜੁੜ ਜਾਓ, ਤੁਸੀਂ ਸਮੱਸਿਆ ਨਾਲ ਨਾ ਜੁੜੋ। ਆਮੀਨ। हारिया तू हारिया
पूजा हो प्रार्थना करते हैं आज हर जन के लिए शैतान को हराने ले दाऊद बढ़ जाए नेचर खड़े होने ले प्रभु यहोवा तेरा पुत्र अब्राहम बढ़ जाए और अपने अभिषेक न पर अगले तामान खत्म कर ले तेरे तेरा पुत्र सदर अभिषेक तेरे अवधन दो बढ़ जाए तो आधा अनुग्रह हो गई ब्लेस करो साथ में प्रभु यीशु मसीह के पुत्र नाम शाम दे आमीन 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 बताओ साथ में ब्लेस करे जोरदार